ਹੇ ਗੁਰੂ ਹੇ ਗੁਰੂ ਹੇ ਗੁਰੂ ਹੇ ਗੁਰੂ ਲਾਂਬੈ ਗੌਂਡ ਪਸਾ ਜਪੋ ਜੁੜ ਜਾਓ ਜੁੜ ਜਾਓ ਵਾਹਿਗੁਰੂ 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 ਸੋਤਤ ਸੋਤਤ ਸੋਤ ਵਿਚਾਰਾ ਵਾਹਿਗੁਰੂ ਵਾਹਿਗੁਰੂ ਛੁਟਕਾਰਾ ਵਾਹਿਗੁਰੂ 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 ਹਰ ਹਰ ਨਾਮ ਜਪੰਤਿਆ ਵਾਹਿਗੁਰੂ 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 ਗੋਪਾਲ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਸਰਨਾ ਨਹੀਂ ਦਾਤਾਰ ਆਪਣਾ ਨਾਮ ਦੇਖੋ ਪੜੋ ਵਿਸਰਨਾ ਨਹੀਂ ਦਾਤਾਰ ਆਪਣਾ ਨਾਮ ਦੇਹੋ ਪੜੋ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਪੜ ਲੋ ਵਿਸਰ ਨਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਦਿਲੋਂ ਕਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ 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 ਪੜੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਨਾਨਕ ਚਾਉ ਇਹੋ ਉਠਤ ਬੈਠਤ ਸੋਵਤ ਜਾਗਤ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੈ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੈ ਇਹ ਮਨ ਤੁਜੈ ਚਿਤਾਰੈ ਇਹ ਮਨ ਤੁਜੈ ਚਿਤਾਰੈ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੈ ਪੜੋ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੈ ਮਨ ਜੀਵੈ ਨਾਮ ਸੁਣ ਤੇਰਾ ਮਨ ਜੀਵੈ ਨਾਮ ਸੁਣ ਤੇਰਾ ਪੜੋ ਮਨ ਜੀਵੈ ਨਾਮ ਸੁਣ ਤੇਰਾ ਮਨ ਜੀਵੈ ਨਾਮ ਸੁਣ ਤੇਰਾ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਗੁਣ ਗਾਵਾਂ ਨਿਤ ਨਿਤ ਸਦ ਹਰ ਕੇ ਗੁਣ ਗਾਵਾਂ ਨਿਤ ਨਿਤ ਸਦ ਹਰ ਮਨ ਜੀਵੈ ਨਾਮ ਸੁਣ ਤੇਰਾ ਪੜੋ ਮਨ ਜੀਵੈ ਨਾਮ ਸੁਣ ਤੇਰਾ 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 ਵਾਹਿਗੁਰੂ 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 ਜੋੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
गुरु वाहे गुरु वाहे गुरु वाहे गुरु वाहे गुरु वाहे गुरु वाहे गुरु गुरु वाहे 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 गुरु तनती छुटकी अपनी तारी प्रभु की आज्ञा लगी प्यारी तन ते छुटकी तन ते छुटकी अपनी तारी प्रभु की आज्ञा लगी प्यारी तन ते छुटकी जो कीच करे सुमन मेरे मीठा ता एहो अचरज नैनो दीठा जो कीच करे सुमन मेरे मीठा एहो अचरज नैनो दीठा तन ते छुटकी अपनी तारी प्रभु की आज्ञा लगी प्यारी तन ते छुटकी अपनी तारी प्रभु की आज्ञा लगी प्यारी तन ते छुटकी अग्न निवारी बुझ गई
निवारी ममता बुझ गई दिसना निवारी ममता गुर पूरे लियो समझाए गुर पूरे लियो समझाए गुर पूरे लियो समझाए गुर पूरे लियो समझाए तन ते छुटकी अपनी तारी प्रभ की आज्ञा लगी प्यारी तन ते छुटकी अपनी तारी प्रभ की आज्ञा लगी प्यारी तन ते छुटकी छुटकी अपनी तारी प्रभ की आज्ञा लगी प्यारी तन ते छुटकी अपनी तारी प्रभ की आज्ञा लगी प्यारी जो किछ करे सो मन मेरे मीठा ता एहो अचरज नैनो दीठा जो करे सो मन मेरे मीठा ता एहो अचरज नैनो दीठा तन ते छुटकी अपने तारे प्रभ की आज्ञा लगी प्यारी तन ते छुटकी अपनी तारी प्रभ की आज्ञा लगी प्यारी तन ते छुटकी हम तिसके दास प्रभु मेरे
ਨਹੀਂ ਬਹਿਰਾਈ ਗੱਲ ਮਿਲ ਚਾਲੇ ਇਹ ਕਹਿ ਪਾਈ ਗੱਲ ਮਿਲ ਚਾਲੇ ਇਹ ਕਹਿ ਪਾਈ ਨਾ ਕੋ ਦੂਤ ਨਹੀਂ ਬਹਿਰਾਈ ਗੱਲ ਮਿਲ ਚਾਲੇ ਇੱਕ ਪਾਈ ਨਾ ਕੋ ਦੂਤ ਨਹੀਂ ਬਹਿਰਾਈ ਗੱਲ ਮਿਲ ਚਾਲੇ ਇੱਕ ਪਾਈ ਨਾ ਕੋ ਦੂਤ ਨਹੀਂ ਬਹਿਰਾਈ ਗੱਲ ਮਿਲ ਚਾਲੇ ਇੱਕ ਪਾਈ ਇੱਕ ਪਾਈ ਇੱਕ ਤਨ ਤੇ ਛੁੱਟ ਕੇ ਆਪਣੇ ਤਾਰੇ ਪ੍ਰਭ ਕੀ ਆਗਿਆ ਲਗੀ ਪਿਆਰੀ ਪੜੋ ਤਨ ਤੇ ਛੁੱਟ ਕੇ ਆਪਣੇ ਤਾਰੇ ਪ੍ਰਭ ਕੀ ਆਗਿਆ ਲਗੀ ਪਿਆਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਸਰਬ ਪ੍ਰਤਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰਾਮ ਗੋਪਾਲ ਨਾਨਕ ਰਾਤੋ
ਰੰਗ ਗੋਪਾਲ ਛੁਟਕੀ ਆਪਣੇ ਤਾਰੇ ਪ੍ਰਭ ਕੀ ਯਾਰਿਆ ਲਗੀ ਪਿਆਰੀ ਤਨ ਤੇ ਛੁਟਕੀ ਪੜੋ ਆਪਣੀ ਤਾਰੇ ਪ੍ਰਭ ਕੀ ਯਾਰਿਆ ਲਗੀ ਪਿਆਰੀ ਜੋ ਕਿਛ ਕਰੇ ਸੁਮਨ ਮੇਰੇ ਮੀਠਾ ਤਾਂ ਇਹੋ ਅਚਰਜ ਜੋ ਕਿਛ ਕਰੇ ਸੋ ਮਨ ਮੇਰੇ ਮੀਠਾ ਤਾਂ ਇਹੋ ਅਚਰਜ ਮੈਨੂੰ ਦੀਠਾ ਛੁਟਕੀ ਆਪਣੀ ਤਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਤਨ ਤੇ ਛੁਟਕੀ ਆਪਣੀ ਤਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਤਨ ਤੇ ਛੁਟਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲਗੀ ਪਿਆਰੀ ਜਦੋਂ ਪਤਾ ਲੱਗ ਗਿਆ ਨਾ ਇਹ ਸਰੀਰ ਮੇਰਾ ਨਹੀਂ ਇਹ ਉਹਦਾ ਹੀ ਦਿੱਤਾ ਹੋਇਆ ਹੈ ਤੇ ਉਹਨੇ ਹੀ ਲੈ ਜਾਣਾ ਜਿਸ ਕੀ ਵਸਤ ਸੋਈ ਲੈ ਜਾਏਗਾ ਤੇ ਫਿਰ ਕੀ ਹੋਇਆ ਪ੍ਰਭ ਕੀ ਆਗਿਆ ਲੱਗੀ ਪਿਆਰੀ ਫਿਰ ਮਿੱਠੀ ਲੱਗਣ ਲੱਗ ਪਈ ਫਿਰ ਲੱਗਿਆ ਨਹੀਂ ਫਿਰ ਮਰਨ ਤੋਂ ਡਰ ਨਹੀਂ ਲੱਗਿਆ ਕਹਿੰਦਾ ਨਹੀਂ ਇਹ ਆਗਿਆ ਵਾਹਿਗੁਰੂ ਦੀ ਹੁਣ ਜਾਣਾ ਹੈ ਆਹ ਸਾਹਿਬਜ਼ਾਦਿਆਂ ਦੀ ਅਵਸਥਾ ਹੈ ਉਹਨਾਂ ਨੂੰ ਪਤਾ ਹੈ ਇਹ ਡਿਊਟੀ ਹੈ ਸਾਡੀ ਨਿਭਾ ਕੇ ਜਾਣਾ ਹੈ ਭਲੇ ਉਹ ਜਿਹੜਾ ਆਗਿਆ ਜਾਂਦਾ ਹੈ ਨਾ ਉਹ ਜਾਂਦਾ ਨਹੀਂ ਉਹ ਜਾਂਦਾ ਹੀ ਨਹੀਂ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਸਦਾ ਜਿਉਂਦਾ ਰਹਿੰਦਾ ਅੱਜ ਸਾਹਿਬਜ਼ਾਦੇ ਚਲੇ ਗਏ ਨਹੀਂ ਨਹੀਂ
ਸਰੀਰਕ ਚਲੇ ਗਏ ਹੋਣਗੇ ਪਰ ਦਿਲਾਂ ਚੋਂ ਨਹੀਂ ਗਏ। ਆਖੋ ਸਤਨਾਮ ਸ੍ਰੀ ਸਰੀਰ ਚਲੇ ਗਏ ਹੋਣਗੇ, ਸਰੀਰ ਅਣੀਆਂ ਚ ਚਿਣ ਦਿੱਤੇ ਹੋਣਗੇ, ਸਰੀਰ ਚਮਕੌਰ ਦੀ ਗੜੀ ਚ ਸ਼ਹੀਦ ਹੋ ਗਏ ਹੋਣਗੇ ਪਰ ਦਿਲਾਂ ਚੋਂ ਕਿਦੋਂ ਕੱਢੋਗੇ? ਉਹ ਕੱਢ ਕੇ ਵਿਖਾਓ। ਕਿਸੇ ਨੂੰ ਚੇਂਜ ਕਰ ਸਕਦੇ ਹਾਂ ਅਸੀਂ? ਨਹੀਂ ਕਰ ਸਕਦੇ। ਜਿਹੜੀ ਗੱਲ ਦਿਲ ਅੰਦਰ ਚਲੀ ਜਾਂਦੀ ਹੈ ਨਾ, ਮਨ ਅੰਦਰ ਘਰ ਘਰ ਜਾਂਦੀ, ਮਨ ਤੇ ਘਰ ਘਰ ਜਾਂਦੀ, ਉਹ ਕੋਈ ਨਹੀਂ ਕੱਢ ਸਕਦਾ। ਚੀਰਿਆ ਵੀ ਜਾਏ ਨਹੀਂ। ਗੁਰੂ ਕੇ ਲਾਲ ਕਹਿੰਦੇ ਤੂੰ ਬੰਦ ਬੰਦ ਕੱਟ, ਮੈਂ ਕਟਾਉਣ ਲਈ ਰੈਡੀ ਹੈ। ਪਰ ਇਹ ਇਹ ਨਾ ਸੋਚੀ ਕਿ ਤੂੰ ਮੇਰੇ ਅੰਦਰੋਂ ਵਾਹਿਗੁਰੂ ਕੱਢ ਦੇਗਾ। ਕੱਟ ਲੈ, ਕਿੱਥੋਂ ਕਿੱਥੋਂ ਕੱਟੇਗਾ? ਕੱਟ ਲੈ, ਜਿੱਥੋਂ ਜਿੱਥੋਂ ਕੱਟੇਗਾ ਨਾ ਉੱਥੇ ਉੱਥੇ ਵਾਹਿਗੁਰੂ ਹੋਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਨ ਤੇ ਛੁਟਕੀ ਆਪਣੀ ਧਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ। ਪਿਆਰੀ ਲੱਗੀ, ਇਹ ਆਗਿਆ ਹੈ, ਨਹੀਂ ਤੇ ਸਾਡੇ ਵਰਗੇ ਤੇ ਘਬਰਾ ਜਾਂਦੇ ਵਿਚਾਰੇ, ਕੀ ਕਰਨ? ਮੋਹ ਹੀ ਬੜਾ ਹੈ ਨਾ। ਜਦੋਂ ਮੋਹ ਦੀਆਂ ਗੰਢਾਂ ਬਹੁਤ ਹੁੰਦੀਆਂ ਨੇ ਨਾ, ਫਿਰ ਕੋਈ ਨਹੀਂ ਚਾਹੁੰਦਾ ਮੈਂ ਮਰ ਜਾਵਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਬਾਬੇ ਦੀ ਬਾਣੀ ਕਹਿੰਦੀ ਮਰਨੇ ਤੇ ਜਗਤ ਡਰ ਹੈ, ਜੀਵਿਆ ਲੋੜੇ ਸਾਰੇ ਜਿਉਣਾ ਚਾਹੁੰਦੇ। ਪਰ ਮੈਂ ਕਹਿੰਦਾ ਵਾ, ਮੇਰੀ ਆਪਣੀ ਸੋਚ ਹੈ, ਮਰਨਾ ਤੇ ਇੱਕ ਦਿਨ ਹੈ ਬਾਬਾ, ਪਰ ਕੁਝ ਕਰਾ ਕੇ ਲੈ ਜਾਈ, ਕੁਝ ਟੈਗ ਲਵਾ ਦਈ ਬਸ, ਵੀ ਕੁਛ ਕੁਛ ਜੋ ਤੂੰ ਚਾਹੁੰਦਾ ਹੈ ਉਹ ਕਰਵਾਈ। ਉਹ ਨਾ ਹੋਵੇ ਅਜਾਇਆ ਹੀ ਮਰ ਜਾਈਏ, ਕੁਝ ਖੱਟ ਕੇ ਜਾਈਏ, ਹਾਰ ਕੇ ਨਾ ਜਾਈਏ ਜਿੱਤ ਕੇ ਜਾਈਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਹਾਰ ਕੇ ਤੁਰੇ ਜਾਂਦੇ ਹਾਂ। ਕਿਸੇ ਨੂੰ ਪੁੱਛ ਲਿਆ ਜਾਏ ਤੇਰੇ ਤੇ ਕਿੰਨੀ ਕਿਰਪਾ, ਕਹਿੰਦਾ ਬਹੁਤ ਕਿਰਪਾ ਹੈ। ਕਾਹਦੀ ਕਿਰਪਾ? ਵੀ ਕੰਮ ਕਾਰ ਬੜਾ ਵਧੀਆ ਚੱਲਦਾ ਹੈ। ਤੇ ਉਹਨੂੰ ਦੂਜਾ ਸਵਾਲ ਪੁੱਛਿਆ ਜਾਂਦਾ ਨਿਤਨੇਮ ਕਿਵੇਂ ਚੱਲਦਾ ਹੈ? ਕਹਿੰਦਾ ਕੰਮ ਤੋਂ ਟਾਈਮ ਨਹੀਂ ਲੱਗਦਾ, ਨਿਤਨੇਮ ਹੁੰਦਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਾਹਦੀ ਕਿਰਪਾ? ਮਾਇਆ ਕਮਾਉਣੀ ਕਿਰਪਾ ਨਹੀਂ ਜੇ ਹੁੰਦੀ? ਸਿਆਣੇ ਕਹਿੰਦੇ ਨੇ ਉਹ ਤੇ ਨੱਚਣ ਵਾਲੇ ਵੀ ਕਮਾ ਲੈਂਦੇ ਨੇ, ਉਹ ਵੀ ਨੱਚ ਆਉਂਦੇ ਨੇ, ਦੋ ਘੰਟੇ ਲਾ ਆਉਂਦੇ ਨੇ, ਉਹ ਵੀ ਮਾਇਆ ਕਮਾ ਲੈਂਦੇ। ਕਿਰਪਾ ਤੇ ਹੁੰਦੀ ਹੈ ਮਾਇਆ ਦੇ ਹੁੰਦਿਆਂ ਸੁਣਦਿਆਂ, ਸ਼ੌਹਰਤਾਂ ਦੇ ਹੁੰਦਿਆਂ ਸੁਣਦਿਆਂ, ਨਾਮ ਦੇ ਹੁੰਦਿਆਂ ਸੁਣਦਿਆਂ, ਵਾਹਿਗੁਰੂ ਨਾ ਭੁੱਲੇ। ਮੰਨ ਲਓ ਕੋਈ ਵੱਡਾ ਕੀਰਤਨੀਆ ਬਣ ਗਿਆ, ਕੋਈ ਵੱਡਾ ਗ੍ਰੰਥੀ ਬਣ ਗਿਆ, ਕੋਈ ਵੱਡਾ ਅਹੁਦੇਦਾਰ ਬਣ ਗਿਆ, ਪਰ ਅੰਦਰੋਂ ਇਹ ਸੋਚਦਾ ਨਹੀਂ ਮੈਂ ਉਹੀ ਹਾਂ, ਨਿਤਨੇਮ ਨਹੀਂ ਛੱਡਣਾ। ਤੇ ਜੇ ਵੱਡਾ ਬਣ ਕੇ ਨਿਤਨੇਮ ਹੀ ਛੱਡਣਾ ਫਿਰ ਕਾਹਦੀ ਕਿਰਪਾ? ਫਿਰ ਕਿਰਪਾ ਥੋੜਾ, ਫਿਰ ਤਾਂ ਫਸ ਗਿਆ, ਮੱਛੀ ਫਸ ਗਈ ਫਿਰ ਜਾਲ ਵਿੱਚ, ਦੁਨੀਆਂ ਦੇ ਜਾਲ ਵਿੱਚ ਫਸ ਗਈ। ਹੁਣ ਉਦਾਂ ਹੀ ਚੱਲ ਰਹੀ ਜਿੱਦਾਂ ਦੁਨੀਆਂ ਚੱਲ ਰਹੀ ਹੈ, ਅਲੱਗ ਤਾਂ ਕੁਝ ਨਹੀਂ ਹੋਇਆ ਨਾ। ਸਤਿਗੁਰੂ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ, ਬਿਖ ਮਾਰਗ ਚੱਲਣਾ। ਉਹਨਾਂ ਦਾ ਮਾਰਗ ਹੀ ਉਹ ਹੁੰਦਾ ਜਿੱਥੇ ਦੁਨੀਆਂ ਨਹੀਂ ਚੱਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਸਾਹਿਬਜ਼ਾਦੇ ਨੇ, ਉਹ ਗੁਰੂ ਕੇ ਲਾਲ ਨੇ, ਬਾਬਾ ਦੀਪ ਸਿੰਘ ਵਰ। ਆਮ ਬੰਦਾ ਨਹੀਂ ਮਾਰਗ ਤੇ ਚੱਲ ਸਕਦਾ, ਪਰ ਹਾਂ ਅੱਜ ਉਹਨਾਂ ਦੇ ਦਿਹਾੜੇ ਮਨਾ ਰਹੇ ਹੋ ਨਾ, ਇਹ ਇੱਕ ਚੀਜ਼ ਲੈ ਕੇ ਜਾਓ, ਇਸ ਸੱਚਾਈ ਨੂੰ ਐਕਸੈਪਟ ਕਰ ਲਈ ਵੀ ਇੱਕ ਦਿਨ ਜਾਣਾ ਹੈ, ਫਾਈਨਲ ਹੈ। ਜਿਹੜੀ ਥਾਂ ਤੇ ਤੂੰ ਬੈਠਾ, ਜਿਹੜੀ ਕੋਠੀ ਚ ਰਹਿੰਦਾ, ਜਿਹੜੀ ਗੱਡੀ ਚ ਘੁੰਮਦਾ ਨਾ, ਇੱਕ ਦਿਨ ਛੱਡਣੀ ਨੂੰ
ਫਿਰ ਨਹੀਂ ਉਹ ਮਿਲਣੀ ਆ ਵਾਲੀ, ਹੋਰ ਕੋਈ ਭਵਾਂ ਮਿਲ ਜਾਏ ਪਰ ਆਹ ਨਹੀਂ ਉਹ ਮਿਲਣੀ ਜਿਹਦੇ ਪਿੱਛੇ ਤੂੰ ਜ਼ੋਰ ਲਾਉਂਦਾ ਤੇ ਇਹਦੇ ਪਿੱਛੇ ਲੱਗ ਕੇ ਤੇ ਵਾਹਿਗੁਰੂ ਨਾ ਭੁੱਲ ਜਾਈ। ਜੇ ਵਾਹਿਗੁਰੂ ਭੁੱਲ ਜਾਏਗਾ ਤਾਂ ਫਿਰ ਤੇਰਾ ਕੁਛ ਨਹੀਂ ਬਣਨਾ। ਜਿਹੜਾ ਜਿਹੜਾ ਆਹ ਚੀਜ਼ਾਂ ਤੋਂ ਛੁੱਟ ਜਾਂਦਾ ਤੇ ਕੀ ਕਹਿੰਦੇ ਨੇ ਵਾਹਿਗੁਰੂ ਜੀ, ਆਓ ਜਰਾ ਕੋ ਪੜ੍ਹੀ ਕਰੋ ਕਿਰਪਾ। ਅੰਦਰੋਂ ਜਿੰਨ ਕਾ ਮੋਹ ਟੁੱਟਾ, ਅੰਦਰੋਂ ਜਿੰਨ ਕਾ ਮੋਹ ਟੁੱਟਾ, ਅੰਦਰੋਂ ਜਿੰਨ ਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਤਿਨਕਾ ਸ਼ਬਦ ਸੱਚੇ ਸਵਾਰਿਆ, ਪੜੋ ਤਿਨਕਾ ਸ਼ਬਦ ਸੱਚੇ ਸਵਾਰਿਆ, ਤਿਨਕਾ ਸ਼ਬਦ ਸੱਚੇ ਸਵਾਰਿਆ, ਅੰਦਰੋਂ ਜਿੰਕਾ ਮੋਹ ਟੁੱਟਾ, ਅੰਦਰੋਂ ਜਿੰਕਾ ਮੋਹ ਟੁੱਟਾ। ਆਨੰਦ ਗੁਰੂ ਤੇ ਜਾਣਿਆ, ਪੜੋ ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਏ ਵਾਹਿਗੁਰੂ 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 ਵਾਹਿਗੁਰੂ, ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਪੜੋ ਆਨੰਦ ਗੁਰੂ ਤੇ ਜਾਣਿਆ, ਆਨੰਦ ਗੁਰੂ ਤੇ ਜਾਣਿਆ, ਅੰਦਰੋਂ ਜਿੰਕਾ ਮੋਹ ਟੁੱਟਾ, ਅੰਦਰੋਂ ਜਿੰਕਾ ਕਰ।
ਖੱਟੇ ਕਿਲ ਵਿਖ ਖੱਟੇ ਕਰ ਕਿਰਪਾ ਕਿਲ ਵਿਖ ਖੱਟੇ ਕਰ ਕਿਰਪਾ ਕਿਲ ਵਿਖ ਖੱਟੇ ਗਿਆਨ ਅੰਜਨ ਸਾਰਿਆ ਗਿਆਨ ਅੰਜਨ ਸਾਰਿਆ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਪੜੋ ਅੰਦਰੋਂ ਜਿਨ ਕਾ ਮੋਹ ਟੁੱਟਾ ਸਬਦ ਸੱਚੇ ਸਵਾਰਿਆ ਅੰਦਰੋਂ ਜਿਨ
ਮੋਹ ਟੁੱਟਾ ਅੰਦਰੋਂ ਜਿਨ ਮੋਹ ਟੁੱਟਾ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਠੰਡ ਪੈਂਦੀ ਹੈ ਕਿ ਨਹੀਂ ਨਾ ਲਿਆਂ ਠੰਡ ਪੈਂਦੀ ਹੈ ਨਾ ਬਾਬਿਆਂ ਦੇ ਲਓ ਨਾਮ ਲਈ ਬਾਬਾ ਜੀ ਦਾ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ 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 ਸਿੰਘ ਜੀ ਨਾਮ ਲੈਂਦੇ ਆ ਨਾ ਪਾਪ ਦੌੜਦੇ ਅੰਦਰੋਂ ਦਿਲ ਕਰਦਾ ਕਹੀ ਜਾਈਏ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੁਹਾਡੇ ਵਰਗੀ ਕਮਾਈ ਨਹੀਂ ਹੋ ਸਕਦੀ ਕਿਸੇ ਅੱਜ ਕੱਲ੍ਹ ਵਾਲੇ ਤਾਂ ਡਰਦੇ ਆ ਹਾਏ ਨਿਤਨੇਮ ਨਹੀਂ ਹੁੰਦਾ ਅੱਜ ਅਰਦਾਸ ਕਰਕੇ ਜਾਓ ਬਾਬਾ ਜੀ ਤੁਹਾਡਿਆਂ ਚੋਂ ਹੀ ਹਾਂ ਅਸੀਂ ਆਪਣੇ ਬਣਾ ਲਓ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਸਾਹਿਬ 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 ਕੌਰ ਜੀ ਧੰਨ ਧੰਨ ਬਾਬਾ ਟੋਡਰ ਮੱਲ ਜੀ ਧੰਨ ਧੰਨ ਬਾਬਾ ਟੋਡਰ ਮੱਲ ਜੀ ਧੰਨ ਧੰਨ ਬਾਬਾ ਟੋਡਰ ਮੱਲ ਜੀ ਧੰਨ ਧੰਨ ਬਾਬਾ ਟੋਡਰ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅੰਦਰੋਂ ਜਿਨ ਕਾ ਮੋਹ ਟੁੱਟਾ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਤਿਨਕਾ ਅੰਦਰੋਂ ਜਿਨ ਕਾ ਮੋਹ ਟੁੱਟਾ ਅੰਦਰੋਂ ਜਿਨ ਕਾ ਟੁੱਟਾ ਕਹਿਣਾ ਇਹੋ ਆਨੰਦ ਹੈ ਪੜੋ ਆਨੰਦ ਗੁਰ ਤੇ ਜਾਣਿਆ ਆਨੰਦ ਗੁਰ ਤੇ ਜਾਣਿਆ ਬਾਬਾ ਆਨੰਦ ਗੁਰ ਤੇ ਜਾਣਿਆ ਸਾਰੇ ਜੁੜੋ ਜੁੜੋ
ਸਮਾਂ ਸਫਲਾ ਕਰੀਏ ਟੁੱਟਾ
ਪੜੋ ਮੋਹ ਟੁੱਟਾ, ਪੜੋ ਮੋਹ ਟੁੱਟਾ, ਟੁੱਟਾ ਅੰਦਰੋਂ ਜਿਨ ਕਾ ਮੋਹ ਟੁੱਟਾ। ਆ ਗੱਲ ਬਣਾਤੀ ਤੁਸੀਂ ਤੇ, ਵਾਹ ਵਾਹ। ਅੱਜ ਮੈਨੂੰ ਪਤਾ ਕੀ ਲੱਗ ਰਿਹਾ, ਅੱਜ ਮੈਨੂੰ ਲੱਗ ਰਿਹਾ ਵੀ ਇਹਨਾਂ ਵਿੱਚ ਕਿਤੇ ਨਾ ਕਿਤੇ ਸਭ ਜ਼ਿਆਦਾ ਕੋਈ ਬੈਠਾ, ਕੋਈ ਸਤਨਾਮ ਸੀ। ਆ ਮੇਰਾ ਵੀਰ ਬੈਠਾ, ਉਹਨੇ ਗੱਲ ਸੁਣਾਈ ਸੀ, ਜੇ ਬਾਬੇ ਫਤਿਹ ਸਿੰਘ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਨਾ, ਤੇ ਆਪਣੇ ਘਰ ਵਿੱਚ ਜਿਹੜਾ ਤੁਹਾਡਾ ਸਿੰਘ ਹੈ ਉਹਨੂੰ ਦੁਮਾਲਾ ਸਜਾ ਕੇ ਰੱਖਿਆ ਪਿਆ, ਤੇ ਅੱਜ ਤੇ ਕਿੰਨਿਆਂ ਨੇ ਸਜਾਏ ਨੇ, ਤੇ ਏਡੇ ਏਡੇ ਹੀ ਬਾਬਾ ਫਤਿਹ ਸਿੰਘ ਜੀ। ਕਿਉਂਕਿ ਮਨ ਸੱਚਾ ਹੋਵੇ ਨਾ, ਜੇ ਤਨ ਮਨ ਸੱਚਾ ਹੋਵੇ, ਦਿਲੋਂ ਕਰਕੇ ਬੈਠਾ ਹੋਵੇ ਨਾ, ਤੇ ਵਾਹਿਗੁਰੂ ਆਪ ਬਹਿ ਜਾਂਦਾ ਆਨੰਦ ਲੈਣ ਵਿੱਚ। ਜਿੱਦਾਂ ਤੁਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਸੀ ਨਾ, ਮੈਨੂੰ ਤਾਂ ਟਾਈਮ ਹੀ ਭੁੱਲ ਗਿਆ, ਮੈਨੂੰ ਤਾਂ ਇੰਜ ਹੀ ਨਹੀਂ ਲੱਗਾ ਕਿ ਸ਼ਾਇਦ 1:15 ਕੀਰਤਨ ਹੋ ਰਿਹਾ, ਇੰਜ ਲੱਗਾ 8-9 ਹੀ ਵੱਜੇ ਨੇ। ਤੇ ਜਦੋਂ ਮੈਂ ਆਇਆ ਸੀ ਨਾ, ਤੇ ਮੈਨੂੰ ਕਹਿਣ ਵਾਲੇ ਕਹਿੰਦੇ ਨੇ ਠੀਕ ਹੈ ਵੀ ਕੀਰਤਨ ਸਮੇਂ ਸਿਰ ਸਮਾਪਤ ਹੋ ਜਾਣਾ ਚਾਹੀਦਾ, ਚੰਗੀ ਗੱਲ ਉਹਨਾਂ ਨੇ ਕਹੀ ਪਹਿਲੇ ਜੱਥੇ ਨੇ, ਪਰ ਮੈਨੂੰ ਲੱਗਦਾ ਕਿ ਜਿਹਨੇ ਨਹੀਂ ਸੁਣਨਾ ਨਾ, ਉਹਨੇ ਨਹੀਂ ਸੁਣਨਾ। ਇਹ ਪੱਥਰ ਤੇ ਲੀਕ ਹੁੰਦੀ ਕਈਆਂ ਦੀ, ਜਿਹਨੇ ਨਹੀਂ ਮੰਨਣਾ ਨਾ, ਉਹਨੇ ਨਹੀਂ ਮੰਨਣਾ। ਉਹਨੂੰ ਗੁਰੂ ਹੀ ਮਨਾਵੇ ਜਿੱਦਣ ਮਨਾਵੇ। ਕਈਆਂ ਨਾਲ ਬਹਿਸ ਕਰ ਲਓ, ਛੱਡ ਦੇ ਮਾੜੇ ਕੰਮ, ਵਾਹਿਗੁਰੂ ਕਿਆ ਕਰ, ਕਹਿੰਦਾ ਬਾਬਾ ਤੂੰ ਆਪਣਾ ਕੰਮ ਕਰ, ਸਾਨੂੰ ਨਾ ਸਮਝਾਇਆ ਕਰ। ਪਰ ਜਿੱਦਣ ਮਨਾਉਣ ਤੇ ਆਉਂਦਾ ਹੈ ਨਾ, ਉਦਣ ਕੰਨੋਂ ਫੜ ਕੇ ਲੈ ਆਉਂਦਾ, ਆ ਜਾ ਬਈ ਹੁਣ ਤੇਰੀ ਆ ਗਈ ਵਾਰੀ। ਕਰਮ ਚੰਗੇ ਹੁੰਦੇ ਨੇ ਜਦੋਂ ਮੰਨ ਜਾਂਦਾ ਹੈ ਆਦਮੀ। ਬੜੇ ਵੇਖੇ ਨੇ ਮੈਂ, ਉਮਰ ਲੰਘ ਜਾਂਦੀ ਹੈ ਬਹਿਸ ਕਰਦੇ ਹਾਂ, ਮੰਨ ਜਾਓ ਹੁਣ ਸ਼ਰਾਬ ਛੱਡ ਦੇ, ਹੁਣ ਮੀਟ ਛੱਡ ਦੇ, ਨਹੀਂ ਛੱਡਦੇ। ਉਹ ਹੁੰਦੇ ਭਾਈ ਸਾਹਿਬ ਤੁਸੀਂ ਆਪਣਾ ਕੰਮ ਕਰੋ, ਸਾਨੂੰ ਆਪਣਾ ਕਰ ਲੈਂਦਾ। ਪਰ ਜਿੱਦਣ ਮਨਾਉਣ ਤੇ ਆਉਂਦਾ ਨਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਦੇ ਤੇ ਕਿਰਪਾ ਭਰਿਆ ਹੱਥ ਰੱਖ ਦਿੰਦੇ ਨੇ, ਕੰਨੋਂ ਫੜ ਕੇ ਲੈ ਆਉਂਦੇ ਨੇ। ਇਸ ਕਰਕੇ ਆ ਵਣਜਾਰੇ ਬੈਠੇ ਹੋ ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ। ਤੇ ਮੈਨੂੰ ਜਿਹੜਾ ਹੁਕਮ ਹੈ ਬੱਚਿਆਂ ਵੱਲੋਂ ਹੁਕਮ ਹੈ ਨਾ, ਕਿਹੜਾ ਹੁਕਮ ਹੈ ਜੀ? ਸਭ ਰਾਜਨ ਕੇ ਰਾਜਾ। ਆਓ ਹੁਣ ਉਹ ਸ਼ਬਦ ਪੜ੍ਹੀਏ ਸਾਰੇ ਰਲ ਕੇ, ਸਮਾਂ ਲੱਗ ਜਾਣਾ ਉਹਨੂੰ ਵੀ, ਤਾਂ ਉਹ ਸ਼ਬਦ ਫਿਰ ਪੜ੍ਹਦੇ, ਫਿਰ ਸਮਾਪਤੀ ਵੱਲ ਆਉਣਾ ਅਸੀਂ, ਕਿਉਂਕਿ ਸਮਾਂ ਹੋ ਗਿਆ ਵਾ ਥੋੜ੍ਹਾ। ਪਰ ਫਿਰ ਵੀ ਤੁਸੀਂ ਬੜਾ ਪਿਆਰ ਬਖਸ਼ ਰਹੇ ਹੋ, ਇੰਨੇ ਕੀ ਬਹੁਤ ਨੇ, ਆਨੰਦ ਤੇ ਲੈ ਰਹੇ ਹੋ ਨਾ, ਆਨੰਦ ਲਈਏ। ਆਓ ਬੜੇ ਪਿਆਰ ਨਾਲ ਜੁੜ ਕੇ ਲਓ ਜੀ। ਵਾਹਿਗੁਰੂ 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 ਵਾਹਿਗੁਰੂ। ਸਭ ਰਾਜਨ ਕੇ ਰਾਜਾ ਤੁਮ ਹੋ, ਸ
सब राजन के राजा तुम हो, सब राजन के राजा तुम हो। Yeah.
तुम हो, तुम हो, तुम हो। राजा ने रा ताना ने पा, राजा ने रा ताना ने पा, देवान देव उपमा महान, देवान देव उपमा महान, देवान देव उपमा महान, देवान देव उपमा महान। तुम हो, तुम हो, हो 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 हो, तुम हो, तुम हो। नासुर मसूर गोविंद सिंह, तेरी मंजूर गुरु गोविंद सिंह, जुमला फैजे नूर गुरु गोविंद सिंह, भगोय आलम शाह गुरु गोविंद सिंह, खसम राजा कहा गुरु गोविंद सिंह, फैज उल अनवार गुरु गोविंद सिंह, हारून अस्ता गुरु गोविंद सिंह, अकबर मुकबर गुरु गोविंद सिंह, मुकबल मकबूल गुरु गोविंद सिंह, फासला मासूल गुरु गोविंद सिंह, फारसो बेकीना गुरु गोविंद सिंह, हक हक आईना गुरु गोविंद सिंह, हक हक अंधेर गुरु गोविंद सिंह, बादशाह दरबार गुरु गोविंद सिंह, बादशाह दरबार गुरु गोविंद सिंह, बादशाह दरबार गुरु गोविंद सिंह, कादरे हरकार गुरु गोविंद सिंह, एक सारा यार 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 गुरु गोविंद सिंह, हक हक अंधेर गुरु गोविंद सिंह, बादशाह दरबार 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 गुरु गोविंद सिंह, बोले अपे आप, अपे आप, अपे आप, अपे आप, अपे आप गरीब निवाचा, तुम हो सब राजन के राजा, तुम हो पढ़ो जी, सब राजन के राजा तुम हो, तुम हो, तुम हो, पढ़ लो, राजा तुम हो, पढ़ो, सब राजन के राजा तुम हो, सब राजन के राजा तुम।
हो तुम 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 हो बोले जयकारा लाउण दा मतलब पता की है अंदर चला गया जो सुनिया ना अंदर चलिया गया ठंड पै गई अंदर है ना पै गई नहीं शुगर है शुगर है शुगर है वाहेगुरु का पैनी भी चाहिए है वो ताडे छोटिया छोटिया पै गई वड्डे हो के की बनोगे बड़ी कृपा तुहाडे ते हुणे ही महसूस होण लग पई तुहानू ते ਇਹ ਭਾਈ ਸਾਹਿਬ ਦੀ ਦਾ ਜਿਹੜਾ ਬਾਬਾ ਜੀ ਸੋਨੂੰ ਬਾਬਾ ਜੀ ਤੇ ਆ ਬਲਵਿੰਦਰ ਸਿੰਘ ਹੋਣਾ ਦੇ ਉਪਰਾਲੇ ਸਿਰ ਤੇ ਮਿਹਰ ਭਰਿਆ ਤੇ ਗੁਰੂ ਦਾ ਹੀ ਹੈ ਆ ਕਿਤੇ ਹੋਮੇ ਨਾ ਆ ਜਾਏ ਇਹ ਉਹਨਾਂ ਦੀ ਕਿਰਪਾ ਦੇ ਨਾਲ ਜਿਹੜਾ ਉਪਰਾਲਾ ਨਾ ਭਾਈ ਸਾਹਿਬ ਜੀ ਖੁਸ਼ੀ ਹੋ ਰਹੀ ਹੈ ਕਿ ਨਹੀਂ ਖੁਸ਼ੀ ਹੋ ਰਹੀ ਹੈ ਕਿ ਨਹੀਂ ਦਿਲੋਂ ਕਹਿੰਦੇ ਖੁਸ਼ੀ ਹੋ ਰਹੀ ਹੈ ਫਾਇਦਾ ਮਿਲਦਾ ਨਾ ਇਸ ਸਮਾਗਮਾਂ ਦਾ ਇੱਦਾਂ ਮਿਲਦਾ ਉਹ ਨਹੀਂ ਆਏ ਰਾਗੀ ਦੀਆਂ ਟਿਊਨਾਂ ਸੁਣੀਆਂ ਉੱਥੇ ਲੰਗਰ ਛਕਿਆ ਤੇ ਚਲੋ ਜੀ ਉਹ ਗਏ ਤੇ ਉਹ ਗਏ ਕੀ ਲੈ ਕੇ ਆਇਆ ਕੁਛ ਵੀ ਨਹੀਂ ਅਸਰ ਘਰ ਤੱਕ ਰਹਿਣਾ ਚਾਹੀਦਾ ਹੈ ਕਹਿੰਦੇ ਇੱਥੇ ਭੋਗ ਪੈ ਜਾਏ ਪਰ ਅੰਦਰ ਨਾ ਪਵੇ ਆਖੋ ਸਤਨਾਮ ਸ੍ਰੀ ਗੁਰੂ ਕੇ ਲਾਲ ਕਹਿੰਦੇ ਹੁੰਦੇ ਸੀ ਜਦੋਂ ਇਹੋ ਜਿਹੇ ਸਮਾਗਮ ਵਿੱਚ ਜਾਈਏ ਨਾ ਆਨੰਦ ਬਣ ਜਾਏ ਕਿਤੇ ਆਨੰਦ ਆ ਜਾਏ ਤੇ ਘਰ ਜਾ ਕੇ ਇੱਕ ਚੁਪਈ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ ਬਾਬਾ ਇਹੋ ਜਿਹਾ ਆਨੰਦ ਬਖਸ਼ਦਾ ਰਹੀ ਆਖੋ ਸਤਨਾਮ ਸ੍ਰੀ ਅਰਦਾਸ ਕਰਨੀ ਗੁਰੂ ਸਾਹਿਬ ਅੱਗੇ ਮਹਾਰਾਜ ਕਿਰਪਾ ਕਰੀ ਲੜ ਲਾਈ ਰੱਖੀ ਸੰਗਤ ਵਿੱਚ ਭਾਈ ਰੱਖੀ ਬੜਾ ਔਖਾ ਵਾਹਿਗੁਰੂ ਕਿਰਪਾ ਕਰੇ ਸੋ ਭਾਈ ਸਾਹਿਬ ਨੂੰ ਲੱਗਦਾ ਕੁਝ ਬੋਲਣਾ ਚਾਹੁੰਦੇ ਨੇ ਹਾਂਜੀ 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 ਸੋ ਬੁਲਾਉਣੇ ਸੋ ਸਤਿਗੁਰੂ ਦੀ ਰਹਿਮਤ ਹੋਈ ਹੈ ਜੋ ਆਹ ਸਮਾਗਮ ਸਭ ਜਾਦਿਆਂ ਦੀ ਯਾਦ ਵਿੱਚ ਮਨਾਇਆ ਗਿਆ ਤੇ ਆਹ ਹੁਣ ਲਾਸਟ ਚਰਨ ਤੇ ਆ ਹੁਣ ਸਾਡਾ ਛੁੱਟੀ ਵਾਲਾ ਜੱਥਾ ਹੈ ਅੱਧੀ ਛੁੱਟੀ ਸਾਰੀ ਅੱਧੀ ਛੁੱਟੀ ਵਾਹਿਗੁਰੂ ਵਾਹਿਗੁਰੂ ਇੱਕ ਇੱਕ ਲਾ ਦਿਆਂਗੇ ਛੋਟਾ ਜਿਹਾ ਲਾ ਬਲਵਿੰਦਰ ਭਾਅ ਜੀ ਮੰਨ ਲਈ ਅੱਜ ਇਹਨਾਂ ਦੀ ਹਨਾ ਤਾਂ ਇਹਨਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਨਾ ਮੈਂ ਸੱਚੀ ਖੁਸ਼ ਹੋ ਗਿਆ ਬੜਾ ਕੋਈ ਗੱਲ ਨਹੀਂ ਫਿਰ ਕੀ ਹੋਇਆ ਉਹ ਸੋਚਦੇ ਲੋਕ ਪੰਡਾਲ ਭਰੇ ਹੋਣ ਤੇ ਫਿਰ ਕੀਰਤਨ ਕਰਾਂਗੇ ਨਾ 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 ਉਹ ਤੁਹਾਡੇ ਵਰਗੇ ਚਾਰ ਪੰਜ ਹੀ ਹੋਣ ਬੜੇ ਨੇ ਆਨੰਦ ਲਈਦਾ ਹੈ ਇੰਨੀ ਪੰਡਾਲ ਭਰੇ ਹੋਣ ਵਾਹ ਵਾਹ ਹੋਵੇ ਸਾਡੀ ਸਾਨੂੰ ਬੁਕਿੰਗਾਂ ਹੋਣ ਬੁਕਿੰਗਾਂ ਗੁਰੂ ਸਾਹਿਬ ਨੇ ਦੇਣੀਆਂ ਨੇ ਲੋਕਾਂ ਨੂੰ ਸੁਣਾਉਣ ਥੋੜ੍ਹਾ ਕੀਰਤਨ ਆਉਂਦੇ ਹਾਂ ਅਸੀਂ ਵੀ ਲੋਕਾਂ ਨੂੰ ਸੁਣਾਈ ਮਾਂਦਰ ਹੀ ਨਹੀਂ ਗਿਆ ਤੇ ਫਿਰ ਟਿਊਨਾਂ ਵਜਾ ਕੇ ਚੱਲੇ ਕੀ ਫਾਇਦਾ ਕੀ ਹਾਂ ਤੁਸੀਂ ਇੱਕ ਇੱਕ ਕਰਦੇ ਹੋ ਤੇ ਸਤਿਗੁਰੂ ਦੀ ਕਿਰਪਾ ਹੈ ਮੰਗਦਾ ਮਨ ਹੋਰ ਦੇ ਹੋਰ ਦੇ
ਭੁੱਖ ਲੱਗੀ ਹੈ, ਭੁੱਖ ਲੱਗੀ ਹੈ, ਇੱਕ ਲਾ ਦਈਏ ਬਲਵਿੰਦਰ ਭਾਜੀ, ਲਾ ਦਿਓ ਜੀ। ਹਾਂਜੀ ਕਾਲਕਾ ਠੰਡੇ ਕੀ ਵੇਲਾ।
ਗੋਬਿੰਦਸ ਵਾਹ ਵਾਹ ਗੋਬਿੰਦ ਸਿੰਘ ਵਾਹ ਗੋਬਿੰਦ ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਇੱਦਾਂ ਹੀ ਜੁੜੇ ਰਹੋ, ਇੱਦਾਂ ਹੀ ਤੁਸੀਂ ਗੁਰਬਾਣੀ ਦੇ ਆਨੰਦ ਲੈਂਦੇ ਰਹੋ। ਸਤਿਗੁਰੂ ਰਹਿਮਤ ਕਰਨ। ਸਭ ਤੋਂ ਵੱਡਾ ਧੰਨਵਾਦ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੈ, ਜਿਨ੍ਹਾਂ ਨੇ ਆਪਣੀ ਗੋਦੜੀ ਸਾਨੂੰ ਤੁਹਾਨੂੰ ਬਖਸ਼ੀ ਹੈ। ਉਪਰੰਤ ਧੰਨਵਾਦ ਆਪ ਸਭ ਦਾ ਹੈ ਜੋ ਪਿਆਰ ਨਾਲ ਬੈਠੇ ਹੋ। ਇੰਨਾ ਸਮਾਂ ਹੋ ਗਿਆ ਤਾਂ ਬੈਠੇ ਹੋ, ਕੋਈ ਗੱਲ ਨਹੀਂ। ਵੈਸੇ ਪਾਰਟੀਆਂ 'ਤੇ ਜਾਂਦੇ, ਦੋ ਦੋ ਢਾਈ ਵਜੇ ਹੁੰਦੇ ਹੁੰਦੇ, ਉੱਥੇ ਭੰਗੜੇ 'ਤੇ ਭੰਗੜਾ, ਡਾਂਸ 'ਤੇ ਡਾਂਸ ਹੁੰਦਾ ਹੈ। ਇਹ ਵੀ ਭੁੱਲਿਆ ਹੁੰਦਾ ਵੀ ਅੰਮ੍ਰਿਤ ਵੇਲਾ ਹੋ ਗਿਆ ਅਤੇ ਹੁਣ ਨਿਤਨੇਮ ਦਾ ਟਾਈਮ, ਉਦੋਂ ਉਹ ਆਈਸਕ੍ਰੀਮ ਖਾ ਰਿਹਾ ਹੁੰਦਾ, ਕੋਈ ਸਵੀਟ ਡਿਸ਼ ਖਾ ਰਿਹਾ ਹੁੰਦਾ, ਭੁੱਲ ਜਾਂਦਾ ਹੈ ਰੰਗ 'ਚ, ਰੰਗ ਤਮਾਸ਼ਿਆਂ 'ਚ ਭੁੱਲ ਜਾਂਦਾ ਹੈ ਕਿ ਮੈਂ ਵਾਹਿਗੁਰੂ ਦਾ ਬੱਚਾ। ਤਾਂ ਉਦੋਂ ਨਹੀਂ ਯਾਦ ਆਉਂਦਾ ਸਮਾਂ ਕਿਤੇ ਕਰਕੇ। ਜਿਹੜੇ ਨਹੀਂ ਜੁੜਦੇ ਨਾ, ਉਹਨਾਂ ਨੂੰ ਫਿਰ ਸਮਾਂ ਘੜੀ ਸਤਾਉਂਦੀ ਹੈ, ਸਾਨੂੰ ਜ਼ਿਆਦਾ ਸਤਾਉਂਦੀ ਹੈ, ਕਿਉਂਕਿ ਅਸੀਂ ਫਿਰ ਜਾਣਾ, ਸਵੇਰੇ ਫਿਰ ਸਮਾਗਮ ਹੈ। ਅਤੇ ਜ਼ਰੂਰ ਤੁਹਾਡੇ ਪਿਆਰ ਸਦਕਾ ਹੀ ਇਹ ਕੀਰਤਨ ਹੋ ਪਾਉਂਦਾ। ਜੇ ਤੁਸੀਂ ਨਾ ਨਾ ਪਿਆਰ ਬਖਸ਼ਦੇ, ਇੱਦਾਂ ਨਾ ਕੀਰਤਨ ਕਰਦੇ, ਸ਼ਾਇਦ ਮੇਰੇ ਕੋਲ ਨਾ ਹੋ ਪਾਉਂਦਾ। ਮੈਂ ਸੱਚੀ ਕਹਿੰਦਾ, ਤੁਸੀਂ ਥੋੜ੍ਹੀ, ਉਹ ਕੋਈ ਗਿਣਤੀ ਦੀ ਨਹੀਂ ਗੱਲ ਹੁੰਦੀ, ਕੀਰਤਨ ਤਾਂ ਕਰ ਰਹੇ ਸੀ ਨਾ, ਭਾਵੇਂ 10, 20, 25, 50 ਆ, ਕੋਈ ਗੱਲ ਨਹੀਂ, ਸਤਿਗੁਰੂ ਦੀ ਰਹਿਮਤ ਹੈ। ਵਾਹਿਗੁਰੂ ਮਿਹਰ ਕਰੇ, ਤੁਹਾਨੂੰ ਇੱਦਾਂ ਹੀ ਜੋੜੀ ਰੱਖੇ। ਉਪਰੰਤ ਧੰਨਵਾਦ ਆ ਵੀਰਾਂ ਦਾ, ਪ੍ਰਬੰਧਕਾਂ ਦਾ, ਜੋ ਬੜਾ ਪਿਆਰ ਕਰਦੇ ਨੇ ਇਸ ਨਿਮਾਣੇ ਜਿਹੇ ਜਥੇ ਨੂੰ, ਅਤੇ ਸਤਿਗੁਰਾਂ ਨੇ ਕਿਰਪਾ ਕੀਤੀ, ਤੁਹਾਡੇ ਦਰਸ਼ਨ ਦੇ ਦਾਰੇ ਹੋਏ ਨੇ। ਸੋ ਸਾਡੀ ਹਾਜ਼ਰੀ ਪ੍ਰਵਾਨ ਕਰ ਲਿਓ ਜੀ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਚੰਗੀਆਂ ਗੱਲਾਂ ਲੈ ਜਾਇਓ ਅਤੇ ਮਾੜੀਆਂ ਸਾਡੀਆਂ ਭੁੱਲਾਂ ਸਮਝ ਕੇ ਬਖਸ਼ ਦਿਓ। ਸਤਿਗੁਰੂ ਦੀ ਰਹਿਮਤ ਕਰਨ। ਆਓ ਭਾਈ ਸਾਹਿਬ ਜੀ, ਕੁਛ ਅਨਾਊਂਸਮੈਂਟ ਕਰਨੀ ਹੈ, ਫਿਰ ਆਨੰਦ ਸਾਹਿਬ ਲਾ ਕੇ ਸਮਾਪਤੀ ਹੈ ਜੀ। ਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਧੰਨਵਾਦ, ਤੁਸੀਂ ਬੱਚਿਆਂ ਦੀ ਫਰਮਾਇਸ਼ ਅਤੇ ਦਰਸ਼ਨ ਦਿੱਤੇ। ਹੁਣ ਮੈਂ ਆਪਣੇ ਸੋਨੂੰ ਵੀਰ ਜੀ ਨੂੰ 2 ਮਿੰਟ ਵਾਸਤੇ ਬੁਲਾਉਣਾ ਚਾਹੁੰਦਾ ਹਾਂ। ਜਿਹੜੇ 3-4 ਬੱਚੇ ਰਹਿ ਗਏ ਆ, ਜਿਹੜੇ ਨਿਤਨੇਮੀ ਨੇ, ਯਾਨੀ ਕਿ ਤਕਰੀਬਨ ਸਾਰੇ ਅਕੈਡਮੀ ਬੱਚੇ ਨਿਤਨੇਮੀ ਨੇ, ਬੜਾ ਸਾਥ ਦਿੱਤਾ ਬੱਚਿਆਂ ਨੇ, ਇਲਾਕਾ ਨਿਵਾਸੀਆਂ ਨੇ, ਸਾਡੇ ਸੋਨੂੰ ਵੀਰ ਜੀ ਨੇ, ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਂ, ਧੰਨਵਾਦ ਕਰਦਾ ਵੀਰ ਜੀ ਦਾ, ਸਾਰੇ ਜੱਥਿਆਂ ਦਾ ਜਿਨ੍ਹਾਂ ਨੇ ਸਤਿਕਾਰ ਬਖਸ਼ਿਆ। ਸੋਨੂੰ ਵੀਰ ਜੀ 2 ਮਿੰਟ। ਇੱਕ ਮਨਪ੍ਰੀਤ ਸਿੰਘ ਬੇਟਾ, ਮਨਪ੍ਰੀਤ ਸਿੰਘ, ਦਿਲਬਾਗ ਸਿੰਘ, ਅਨਮੋਲ ਸਿੰਘ,
ਇਹ ਜੀ ਸਾਰੇ ਬੱਚੇ ਸਾਡੇ ਹੀਰੇ ਨੇ, ਕਈ ਬੱਚੇ ਨਾਰਾਜ਼ ਨੇ ਅੱਜ ਕਿ ਸਾਨੂੰ ਗਿਫਟ ਨਹੀਂ ਮਿਲਿਆ। ਬੇਟਾ ਜਿਹੜਾ ਗਿਫਟ ਹੈ ਨਾ, ਗਿਫਟ ਉਹਨੂੰ ਹੀ ਮਿਲਦਾ ਵਾ ਜਿਹੜਾ ਡਿਜ਼ਰਵ ਕਰਦਾ। ਜੇ ਅਸੀਂ ਡਿਜ਼ਰਵ ਨਹੀਂ ਕਰਦੇ ਇਹਦਾ ਕਾਰਨ ਲੱਭੋ, ਅਸੀਂ ਡਿਜ਼ਰਵ ਕਿਉਂ ਨਹੀਂ ਕਰਦੇ। ਮੇਰਾ ਦਿਲ ਕਰਦਾ ਵਾ ਤੁਸੀਂ ਸਾਰੇ ਮੇਰੇ ਬੱਚੇ ਹੋ, ਮੇਰਾ ਦਿਲ ਕਰਦਾ ਮੈਂ ਸਭ ਨੂੰ ਖੁਸ਼ ਰੱਖਾਂ, ਪਰ ਮੇਰੀ ਮਜਬੂਰੀ ਆ ਕਿ ਜੇ ਤੁਹਾਡੇ ਡਿਜ਼ਰਵ ਕਰਨ ਤੋਂ ਬਗੈਰ ਮੈਂ ਤੁਹਾਨੂੰ ਗਿਫਟ ਦੇ ਦਿੱਤਾ ਨਾ, ਉਹਦੀ ਪ੍ਰੋਬਲਮ ਕੀ ਹੋਣੀ ਆ? ਕੱਲ੍ਹ ਨੂੰ ਤੁਸੀਂ ਅੱਗੇ ਨਹੀਂ ਵੱਧ ਸਕਦੇ। ਮਿਹਨਤ ਦਾ ਫਲ ਮਿਲੇ ਉਹ ਵਧੀਆ ਵਾ, ਜੇ ਮਿਹਨਤ ਤੋਂ ਬਗੈਰ ਫਲ ਮਿਲ ਜੇ ਉਹਦੀ ਕਦਰ ਨਹੀਂ ਹੁੰਦੀ। ਹੁਣ ਸੋਨੂ ਵੀਰ ਜੀ ਨੇ ਇੱਕ ਪਲੈਨਿੰਗ ਕੀਤੀ ਆ, ਆਪਾਂ ਹਰ ਮਹੀਨੇ ਇੱਕ ਬੱਚਾ ਬੈਸਟ ਇਕੱਠਾ ਕਰਾਂਗੇ ਅਕੈਡਮੀ ਦੇ ਵਿੱਚੋਂ, ਜੋ ਮਹੀਨੇ ਦੇ ਫਸਟ ਵੀਕ 'ਚ ਹੋਏਗਾ ਉਹਨੂੰ ਆਪਾਂ ਇੱਕ ਬੈਸਟ ਅਕੈਡਮੀ ਆਫ ਦਾ ਅਵਾਰਡ ਦਿਆ ਕਰਾਂਗੇ। ਉਹ ਸੋਨੂ ਵੀਰ ਜੀ ਨੇ ਸਪੈਸ਼ਲ ਕਿਹਾ ਵਾ ਕਿ ਹਾਂ ਵੀ ਆਪਾਂ ਬੱਚਾ ਬੈਸਟ ਕੱਢਣਾ ਵਾ ਜਿਹੜਾ ਨਿਤਨੇਮੀ ਹੋਏਗਾ, ਰਹਿਤ ਮਰਾਦਾ ਵਿੱਚ ਪੂਰਾ ਹੋਏਗਾ ਅਤੇ ਬਾਣੀ ਬਾਣੀ ਦਾ ਧਾਰਨੀ ਹੋਏਗਾ, ਅਤੇ ਇੱਕ ਹੋਰ ਜਿਹੜਾ ਬੱਚਾ ਇੱਕ ਮਹੀਨਾ ਰੈਗੂਲਰ ਦੁਮਾਲਾ ਬੰਨ ਕੇ ਆਏਗਾ ਉਹਨੂੰ ਸਪੈਸ਼ਲ ਗਿਫਟ ਮਿਲੇਗਾ। ਠੀਕ ਹੈ ਜੀ, ਬਾਕੀ ਵੀਰ ਜੀ ਕਰੋ ਸਨਮਾਨ ਦਾ ਵੀਰਾਂ ਦਾ। ਜੀ ਇੱਕ ਬੇਟਾ ਮੈਨੂੰ ਭੁੱਲ ਗਿਆ, ਬੇਟਾ ਮਿਹਰਬਾਨ ਸਿੰਘ ਚਲੇ ਗਿਆ ਅਤੇ ਕਰਨ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵੀਰ ਜੀ ਤੁਸੀਂ ਸਨਮਾਨ ਪ੍ਰਾਪਤ ਕਰ ਲਓ, ਆ ਜਾਓ। ਪੰਜ ਪਿਆਰੇ ਸਿੰਘ ਸਾਹਿਬਾਨ ਜਬ ਰਾਜੇ ਬਾਈ ਵੀਰ ਜੀ ਦਾ ਸਤਿਕਾਰ ਕਰਨਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਮੈਂ ਫਿਰ ਤੋਂ ਧੰਨਵਾਦ ਕਰਦਾ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ, ਜਿਸ ਕਰਕੇ ਅੱਜ ਸਾਡੇ ਇਲਾਕੇ ਦੀ ਅਕੈਡਮੀ ਮੇਰੇ ਆਈਡੀਆ ਨਾਲ ਸੁਲਤਾਨਵੀ ਰੋਡ 'ਤੇ ਬੈਸਟ ਬਣੀ ਜਾ ਰਹੀ ਹੈ। ਜਿਹੜਾ ਵੀ ਆ ਰਿਹਾ ਕਹਿ ਰਿਹਾ 235 ਬੱਚੇ ਨੇ ਆਪਣੇ ਕੋਲ ਜਿਹੜੇ ਬਿਲਕੁਲ ਫਰੀ ਆਫ ਕੋਸਟ ਪੜ੍ਹਦੇ ਨੇ, ਇਹਨਾਂ ਦੀ ਕੋਈ ਫੀਸ ਨਹੀਂ ਹੈ। ਫੀਸ ਤੋਂ ਓਨਲੀ ਤਾਂ ਫੀਸ ਹੈਗੀ ਆ, ਉਹ ਵੀ ਸਾਡੇ ਸੋਨੂ ਵੀਰ ਜੀ ਕਹਿ ਰਹੇ ਨੇ ਕਿ ਜਿਹੜਾ ਬੱਚਾ ਨਿਤਨੇਮ ਕਰਦਾ ਨਾ ਉਹਦੇ ਕੋਲ ਆਪਾਂ ਬਿਲਕੁਲ ਉਹੀ ਕੋਈ ਵੀ ਖਰਚਾ ਪਾਉਣਾ ਉਹਨੂੰ, ਆਪਾਂ ਯੂਨੀਫਾਰਮਾਂ ਵੀ ਦੇਣ ਨੂੰ ਤਿਆਰ ਹਾਂ ਉਹਨੂੰ, ਹੋਰ ਵੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਆਪਾਂ ਉਹ ਵੀ ਕਰਨ ਨੂੰ ਤਿਆਰ ਹਾਂ, ਪਰ ਬੱਚਾ ਰੈਗੂਲਰ ਨਿਤਨੇਮ ਹੀ ਹੋਵੇ। ਹੁਣ ਜਿਹੜੇ ਬੱਚੇ ਰਹਿ ਗਏ ਨੇ ਉਹ ਤੁਹਾਨੂੰ ਪਤਾ ਵਾ ਕਿਸ ਕਾਰਨ ਰਹਿ ਗਏ ਨਿਤਨੇਮ ਨਾ ਕਰਨ ਕਰਕੇ, ਹੁਣ ਕਿਰਪਾ ਕਰੋ ਨਿਤਨੇਮ ਕਰਨਾ ਸ਼ੁਰੂ ਕਰੋ। ਬਾਕੀ ਅੱਗੇ ਕਾਰਵਾਈ ਪਾਉਣਗੇ ਰਾਜਵਾ ਵੀਰ ਜੀ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਪਿੱਛੇ ਮੇਰੇ ਪੰਜ ਸਿੰਘ ਬਿਰਾਜਮਾਨ ਨੇ, ਉਹਨਾਂ ਦਾ ਵੀ ਬੜੀ ਪਾਵਰ ਹੁੰਦੀ ਹੈ, ਪੰਜਾਂ 'ਚ ਵਾਹਿਗੁਰੂ ਭਾਵ ਵਸਦਾ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਤੀਜਾ ਧੰਨਵਾਦ ਮੈਂ ਸਾਊਂਡ ਵਾਲੇ ਵੀਰ ਦਾ ਕਰਾਂਗਾ, ਬੜੀ ਪਿਆਰੀ ਸਾਊਂਡ ਲਾਈ ਹੈ, ਜਿੱਥੇ ਵੀ ਜਾਈਦਾ ਕਿਤੇ ਜਦੋਂ ਇਹਨਾਂ ਦੀ ਸਾਊਂਡ ਮਿਲਦੀ ਹੈ ਤਾਂ ਬੜਾ ਵਧੀਆ ਸੈਟਿੰਗ ਹੁੰਦੀ ਹੈ, ਕੋਈ ਤੰਗ ਨਹੀਂ ਹੋਏ, ਤਾਂ ਇਹ ਬੜਾ ਸਹਿਯੋਗ ਹੁੰਦਾ।
ਤੇ ਵਿਚਾਰਾ ਕਹਿੰਦਾ ਹੋਣਾ ਕਿ ਮੈਂ ਇੰਨਾ ਟਾਈਮ ਲੱਗਾ ਤੇ ਮੇਰਾ ਤੇ ਕੋਈ ਗੋਲੇ ਬੋਲਿਆ ਹੀ ਨਹੀਂ, ਤਾਂ ਮੈਂ ਜ਼ਰੂਰ ਵੀਰ ਦਾ ਧੰਨਵਾਦ ਕਰਦਾ ਦਿਲੋਂ ਕਰਕੇ। ਕੋਈ ਡਿਸਟਰਬਨ ਨਹੀਂ, ਕੋਈ ਈਕੋ ਨਹੀਂ। ਕਈਆਂ ਨੂੰ ਆਦਤ ਹੁੰਦੀ ਹੈ ਵੀ ਬਸ ਕੋਈ ਜਕਾਰਾ ਲੱਗਾ ਨਾ ਈਕੋ ਵਧਾ ਦਿੰਦੇ ਆ, ਐਂ ਉੜਦਾ ਜਾਵੇ ਜਕਾਰਾ। ਇਹ ਹੁੰਦਾ ਕਿ ਕੀਰਤਨੀ ਨੂੰ ਇਹ ਕੀਰਤਨ ਹੋ ਰਿਹਾ ਰਿਲੈਕਸ ਨਾਲ, ਕੋਈ ਡਿਸਟਰਬ ਨਾ ਹੋਵੇ, ਉਹਦਾ ਵੀ ਬਹੁਤ ਬਹੁਤ ਧੰਨਵਾਦ। ਸੋ ਅੰਮ੍ਰਿਤ ਬਾਣੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਲਾਈਵ ਚੱਲ ਰਿਹਾ, ਮੈਂ ਹੁਣੇ ਦੇਖਿਆ ਵੀਰ ਨੇ ਦੱਸਿਆ ਮੈਨੂੰ ਵੀ ਯੂਟਿਊਬ 'ਤੇ ਲਾਈਵ ਚੱਲ ਰਿਹਾ, ਕੀਰਤਨ ਪ੍ਰਧਾਨ ਅੰਮ੍ਰਿਤ ਬਾਣੀ ਹੈ .com 'ਤੇ ਚੱਲ ਰਿਹਾ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ, ਪ੍ਰਚਾਰ ਕਰਦੇ ਰਹਿਣ, ਇੱਦਾਂ ਹੀ ਆਨੰਦ ਲੈਂਦੇ ਰਹਿਣ ਸਾਰੀ ਸੰਗਤ। ਕਿਉਂਕਿ ਆਮ ਕਰਕੇ ਸਰਦੀ ਦੇ ਦਿਨ ਰਜਾਈਆਂ 'ਚ ਬਹਿ ਕੇ ਕਈ ਆਪਣੇ ਫੋਨਾਂ 'ਤੇ ਕੀਰਤਨ ਸੁਣਦੇ ਹੁੰਦੇ ਆ, ਅਤੇ ਬੜਾ ਹੁਣ ਤਾਂ ਬੜਾ ਆਨੰਦ ਆ ਗਿਆ। ਇਹ ਪਹਿਲਾਂ ਜਦੋਂ ਅਸੀਂ ਛੋਟੇ ਛੋਟੇ ਸੀ ਅਸੀਂ ਵਿਹਲੇ ਹੁੰਦੇ ਸੀ ਕੋਈ ਲਾਈਵ ਆਵੇ ਤਾਂ ਅਸੀਂ ਸੁਣੀਏ, ਹੁਣ ਤਾਂ ਨਿੱਤ ਲਾਈਵ ਹੁੰਦੇ ਨੇ। ਸਤਿਗੁਰੂ ਜੀ ਰਹਿਮਤ ਹੈ ਇਹਨਾਂ 'ਤੇ ਵੀ। ਸੋ ਸਹੀ ਪ੍ਰਯੋਗ ਹੋ ਰਿਹਾ ਸੋਸ਼ਲ ਮੀਡੀਆ ਦਾ। ਸਤਿਗੁਰੂ ਰਹਿਮਤ ਕਰਨ, ਆਓ ਜੀ ਆਨੰਦ ਸਾਹਿਬ ਦਾ ਪਾਠ ਲਾ ਕੇ ਸੁਣੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁਮੰਕਾ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਆ ਸੇਤੀ ਮਰਗ ਜੀਆਂ ਵਧਾਈਆਂ, ਰਾਗ ਰਤਨ ਪਰਵਰ ਪਰੀਆਂ ਸ਼ਬਦ ਗਵਣ ਆਈਆਂ, ਗੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ, ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ, ਸਭ ਨਾਮ ਗਲਾ ਸੁਮਰਤ ਸੁਆਮੀ ਸੋ ਕਿਉਂ ਮਨ ਹੋ ਵਿਸਤਾਰੀ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਦਾ ਤੇਰੇ ਸਭ ਜਹਿ ਜਿਦੇ ਸੋ ਪਾਵੇ, ਸਦਾ ਸਿਮ ਸਲਾਹਾ ਤੇਰੀ ਨਾ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ, ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ, ਮੇਰਾ ਜਿਨ ਭੁੱਖਾ ਸਭ ਗੁਆਈਆਂ, ਪ੍ਰਸਾਦ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰਬਿਟ ਤੋਂ ਜਿਸ ਦੀਆਂ ਏ ਵਡਿਆਈਆਂ, ਸਜਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਕਰਮ ਪਾਇਆ ਤੁਝੇ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖੋ ਅਕਸ ਕਰ ਅਨਹਦ ਵਾਜੇ, ਸੁਆਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ, ਕਹਦੇ ਪਵੇ ਸਭ ਗੁਰ ਰਿਹਾ ਭਰਪੂਰੇ, ਬਿਨ ਮੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋ, ਅਮਰ ਗੁਰ ਪਾਣੀ ਪਿਤਾ ਮਾਤਾ ਤਤ ਮਹਾਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਦੂਰ, ਕਰਮੀ ਨਾਨਕ ਦੇ ਮੁਖ ਉਜਲੇ ਕੇਤੀ
ਕਾ ਖਾਲਸਾ ਵਾਹਿਗੁਰੂ ਜੀ ਕੀ।